ਜੇ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਹੇਮਕੁੰਟ ਸਾਹਿਬ ਨੂੰ ਜਾਣਾ ਲੈਣਾ ਸਿੱਧੂ ਆਸ਼ੀਰਵਾਦ ਓਏ ਪ੍ਰਸ਼ਾਸਨ ਜਿੱਥੇ ਜਗ੍ਹਾ ਦੇਣ ਦੇ ਲਈ ਤਿਆਰ ਹੈ ਉੱਥੇ ਸਾਡੀ ਕਮਿਊਨਿਟੀ ਤਿਆਰ ਨਹੀਂ ਹੁੰਦੀ ਜਿੱਥੇ ਸਾਡੀ ਕਮਿਊਨਿਟੀ ਮੰਗਦੀ ਹੈ ਉੱਥੇ ਪ੍ਰਸ਼ਾਸਨ ਤਿਆਰ ਨਹੀਂ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਨਦੀ ਦੇ ਵਿੱਚੋਂ ਪਾਣੀ ਆਪਣੇ ਖੇਤਾਂ ਨੂੰ ਦਿੱਤਾ ਸੀ ਜਿਹੜੇ ਕਿ ਘੱਟੋ ਘੱਟ 400 ਕਿਲੋਮੀਟਰ ਦੇ ਨੇੜੇ ਤੇੜੇ ਸੀ ਤੇ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਦੇ ਉੱਤੇ ਹੀ ਆਏ ਸੀ ਜਿੱਥੇ ਆ ਪੁਲ ਬਣਿਆ ਹੋਇਆ ਨਾ ਪੁਲ ਦੇ ਨਾਲ ਲਿਖਿਆ ਹੋਇਆ ਅਸਥੀ ਪ੍ਰਵਾਹ ਘਾਟ ਮਤਲਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਅਤੇ ਇੱਕ ਮਹੀਨਾ ਦੋ ਦਿਨਾਂ ਦੇ ਬਾਅਦ ਅੱਜ ਆਪਣਾ ਸਫ਼ਰ ਦੁਬਾਰੇ ਸ਼ੁਰੂ ਹੋ ਗਿਆ ਅਤੇ ਸਫ਼ਰ ਦਾ ਤੁਹਾਨੂੰ ਦੱਸ ਦੇ ਕਿ ਅਸੀਂ ਉੱਤਰਾਖੰਡ ਚੱਲੇ ਹਾਂ ਜੀ ਉੱਤਰਾਖੰਡ ਦੇ ਵਿੱਚ ਜਿੰਨੀਆਂ ਵੀ ਥਾਵਾਂ ਦੇਖਣ ਵਾਲੀਆਂ ਨੇ ਸਾਰੀਆਂ ਲਗਭਗ ਤੁਹਾਨੂੰ ਦਿਖਾਵਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਚੱਲਾਂਗੇ ਜੀ ਹੇਮਕੁੰਟ ਸਾਹਿਬ ਦਰਸ਼ਨ ਮੇਲਾ ਕਰਨ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਾਂ ਕਿ ਜਿਹੜੀ ਵੀ ਸੰਗਤ ਇਹਨਾਂ ਮਹੀਨਿਆਂ ਦੇ ਵਿੱਚ ਜਾਂ ਇਸ ਸਾਲ ਦੇ ਵਿੱਚ ਹੇਮਕੁੰਟ ਸਾਹਿਬ ਜਾਣਾ ਚਾਹੁੰਦੀ ਆ ਤਾਂ ਉਹਨਾਂ ਨੂੰ ਅਸੀਂ ਦੱਸ ਦਾਂਗੇ ਕਿ ਕਿਹੜਾ ਰਸਤਾ ਵਧੀਆ ਅਤੇ ਕਿਹੜਾ ਰਸਤਾ ਖਰਾਬ ਆ ਇੱਧਰੋਂ ਜੇ ਤੁਸੀਂ ਜਾਂਦੇ ਹੋ ਤਾਂ ਬਠਿੰਡੇ ਵਾਲੇ ਮਾਲਵੇ ਵਾਲੇ ਪਾਸਿਓਂ ਤਾਂ ਤੁਹਾਨੂੰ ਪਟਿਆਲਾ ਰਾਜਪੁਰਾ ਰਾਜਪੁਰੇ ਤੋਂ ਫਿਰ ਅੰਬਾਲੇ ਨੂੰ ਮੁੜ ਜਾਓਗੇ ਅੰਬਾਲੇ ਤੋਂ ਫਿਰ ਸਹਾਰਨਪੁਰ ਨੂੰ ਤੁਸੀਂ ਯਾਰ ਜਿਹੜੇ ਮਰਜ਼ੀ ਰਸਤੇ ਵਿੱਚ ਦੀ ਆ ਜਾਓ ਪੂਰੇ ਪੰਜਾਬ ਸਭ ਤੋਂ ਬੈਸਟ ਰਸਤਾ ਇਹੀ ਆ ਕਿ ਤੁਸੀਂ ਰਾਜਪੁਰੇ ਆਓ ਠੀਕ ਆ ਜੀ ਅਤੇ ਰਾਜਪੁਰੇ ਤੋਂ ਅੰਬਾਲੇ ਜਾਓ ਚਾਹੇ ਵਾਇਆ ਪਟਿਆਲਾ ਆ ਕੇ ਰਾਜਪੁਰੇ ਆਓ ਤੁਸੀਂ ਅੰਮ੍ਰਿਤਸਰ ਤੋਂ ਆਉਣਾ ਤਾਂ ਵੀ ਗੁਰਦਾਸਪੁਰ ਅਬੋਹਰ ਵਾਲੇ ਪਾਸਿਓਂ ਵੀ ਆਉਣਾ ਤਾਂ ਵੀ ਤੁਸੀਂ ਇੱਥੇ ਰਾਜਪੁਰਾ ਹੋ ਗਏ ਅੰਬਾਲਾ ਹੋ ਕੇ ਸਹਾਰਨਪੁਰ ਹੋ ਕੇ ਹੀ ਜਾਇਓ ਬਹੁਤ ਸੋਹਣੀ ਸੜਕ ਆ ਅਤੇ ਅੱਜ ਦਾ ਆਪਣਾ ਸਟੇ ਹੋਊਗਾ ਜੀ ਰਿਸ਼ੀਕੇਸ਼ ਅਤੇ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਹੜਾ ਕਿ ਹਰਿਦੁਆਰ ਦੇ ਵਿੱਚ ਬਣਿਆ ਹੋਇਆ ਅਤੇ ਬਾਕੀ ਗੱਲਬਾਤ ਤੁਹਾਡੇ ਨਾਲ ਅੱਗੇ ਆਪਾਂ ਸਾਂਝੀ ਕਰਦੇ ਜਾਵਾਂਗੇ ਫਿਲਹਾਲ ਆਪਾਂ ਖੜ੍ਹੇ ਹਾਂ ਜੀ ਆਪਦੇ ਘਰ ਤੋਂ 70 ਕਿਲੋਮੀਟਰ ਦਾ ਅਸੀਂ ਡਿਸਟੈਂਸ ਤੈਅ ਕਰ ਲਿਆ ਅਤੇ ਨਾਲ ਪਿੱਛੇ ਸੁੱਖੀ ਆ ਅਤੇ ਦੋਨੇ ਜਾਣੇ ਤੁਹਾਨੂੰ ਜਿਵੇਂ ਦੱਸਿਆ ਕਿ ਇਸ ਵਾਰ ਅਸੀਂ ਨਾ ਇੱਕ ਮੋਟਰਸਾਈਕਲ 'ਤੇ ਚੱਲੇ ਹਾਂ ਅਤੇ ਪਹਿਲੀ ਵਾਰੀ ਸਫ਼ਰ ਕਰ ਰਹੇ ਇੱਕ ਮੋਟਰਸਾਈਕਲ 'ਤੇ ਦੇਖਾਂ ਇਹ ਕੀ ਬਣਦਾ ਕੀ ਨਹੀਂ ਕਿਉਂਕਿ ਐਤਕੀ ਸਾਨੂੰ ਲੱਗਿਆ ਵੀ ਸਮਾਨ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਇੱਕ ਬੈਗ ਮਗਰ ਬੰਨਿਆ ਹੋਇਆ ਇੱਕ ਸੁੱਖੀ ਦੇ ਮੋਢਿਆਂ 'ਚ ਪਾਇਆ ਅਤੇ ਇੱਕ ਆ ਯਾਰ ਇਹਦੇ ਵਿੱਚ ਸਾਰਾ ਇਲੈਕਟ੍ਰੋਨਿਕ ਸਮਾਨ ਆ ਅਤੇ ਸਾਨੂੰ ਐਂ ਲੱਗਦਾ ਵੀ ਸਮਾਨ ਐਤਕੀ ਵੱਧ ਨਾ ਜਾਵੇ ਪਰ ਫਿਰ ਵੀ ਅਸੀਂ ਪੂਰਾ ਸੂਰਾ ਸਮਾਨ ਲੈ ਕੇ ਆਏ ਹਾਂ ਅਤੇ ਇਹ ਸਾਹਮਣੇ ਪੈਟਰੋਲ ਪੰਪ ਇੱਥੇ ਬੈਠ ਕੇ ਅਸੀਂ ਬੰਗਾਲੀ ਚਟਨੀ ਲੈ ਕੇ ਆਏ ਸਿੱਧੂ ਘਰੋਂ ਬੰਗਾਲੀ ਚਟਨੀ ਸਿੱਧੂ ਹੋਰਾਂ ਦੀ ਰਿਸ਼ਤੇਦਾਰੀ ਪੈਂਦੀ ਆ ਬੰਗਾਲ 'ਚ ਅਤੇ ਉਹ ਘਰ ਆਏ ਹੋਏ ਸੀ ਅਤੇ ਉਹਨਾਂ ਨੇ ਕਹਿੰਦੇ ਬੰਗਾਲੀ ਚਟਨੀ ਸਪੈਸ਼ਲ ਬਣਾ ਕੇ ਭੇਜੀ ਆ ਸੁੱਖੀ ਹੈ ਕਿਵੇਂ ਲੱਗਿਆ ਠੀਕ ਸੀ ਵਧੀਆ ਮੇਰਾ ਪਹਿਲੀ ਮੂੰਹ 'ਚ ਛਾਲੇ ਹੋਏ ਨੇ ਅਤੇ ਉੱਤੋਂ ਚਟਨੀ ਜਿਹੜੀ ਬੰਗਾਲੀ ਸੀ ਉਹ ਅੰਬਾਂ ਵਾਲੀ ਸੀ ਅਤੇ ਡਾਕਟਰ ਨੇ ਮੈਨੂੰ ਕਿਹਾ ਸੀ ਅੰਬ ਨਹੀਂ ਖਾਣਾ ਪਰ ਇਹ ਕਹਿੰਦਾ ਅੰਬ ਮਿੱਠਾ ਹੋ ਗਿਆ ਮੈਂ ਖਾ ਲਾ ਪਰ ਫਿਰ ਵੀ ਅੰਬ ਦੀ ਤਸੀਰ ਤਾਂ ਗਰਮ ਹੁੰਦੀ ਹੈ ਫਿਲਹਾਲ ਟਾਈਮ ਹੋ ਗਿਆ 8:34 ਸਵੇਰੇ ਅਸੀਂ ਸਦੇਹਾਂ ਚੱਲ ਪਏ ਸੀ 6 ਵਜੇ ਅਤੇ ਇੱਥੋਂ ਚੱਲਦੇ ਹਾਂ ਜੀ ਹਰਿਦੁਆਰ ਅਤੇ ਹੁਣ ਆਪਾਂ ਪਹੁੰਚ ਗਏ ਹਾਂ ਰਾਜਪੁਰੇ ਸਮਾਨ ਬੰਨਣ ਵਾਸਤੇ ਨਾ ਬੰਜੀ ਰੋਪ ਲੈਣੀ ਆ ਬੰਜੀ ਰੋਪ ਆਹ ਹੁੰਦੀ ਆ ਯਾਰ ਇਹਦੇ ਦੋਨੇ ਪਾਸੇ ਨਾ ਕੁੰਡੇ ਲੱਗੇ ਹੁੰਦੇ ਨੇ ਐਵੇਂ ਅਤੇ ਇਹ ਲਫਦੀ ਹੁੰਦੀ ਆ ਇੱਥੇ ਸਾਨੂੰ ਮਿਲ ਗਈਆਂ ਸੀ ਸੱਪਾਂ ਕੋ ਟੰਗੀਆਂ ਹੋਈਆਂ ਨੇ ਰੰਗ ਬਿਰੰਗੇ ਅਤੇ ਉਹ ਲੈ ਲਈ ਕਿੰਨੇ ਰੁਪਏ ਦੀ ਕਹਿੰਦਾ ਬਾਈ ਇੰਨੀ ਮਹਿੰਗੀ ਅਤੇ ਇਹਦੇ ਹੁਣ ਇੱਥੇ ਬੰਨ ਕੇ ਦੇਖ ਲਾਂਗੇ ਰਾਹ ਨਾ ਲਓ ਜੀ ਇਸ ਟਾਈਮ ਅਸੀਂ ਖੜ੍ਹੇ ਹਾਂ ਹਰਿਆਣੇ ਦੇ ਸ਼ਹਿਰ ਸਾਹਾ ਦੇ ਵਿੱਚ ਅਤੇ ਪਿੱਛੇ ਜਿਹੜਾ ਅਸੀਂ ਸ਼ਹਿਰ ਛੱਡ ਕੇ ਆਏ ਹਾਂ ਉਹ ਹੈਗਾ ਜੀ ਅੰਬਾਲਾ ਅਤੇ ਇੱਥੇ ਆ ਕੇ ਆਪਾਂ ਵੇਰਕਾ ਹੱਟ ਕੋਲ ਖੜ੍ਹ ਕੇ ਲੱਸੀ ਲੁੱਸੀ ਪੀਂਦੇ ਹਾਂ ਬਾਈ ਜੀ ਪਾਣੀ ਦੀ ਬੋਤਲ ਦੇ ਦਿਓ ਇੱਕ ਤਾਂ ਅਤੇ ਦੋ ਦੇ ਦਿਓ ਲੱਸੀਆਂ ਠੰਡੀ ਜੀ ਦਿਓ ਲੱਸੀ ਬਸ ਕੋਈ ਹੋਰ ਕੰਪਨੀ ਦੀ ਬੋਤਲ ਨਹੀਂ ਹੈਗੀ ਬਿਸਲੇਰੀ ਦੀ ਬਿਸਲੇਰੀ ਦੇ ਦਿਓ ਜੀ ਹੈਗੀ ਆ ਹਾਂ ਚੱਲੀ ਦੇ ਦਿਓ ਸ਼ੁਕਰੀਆ ਇੱਕ ਤਾਂ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਆ 40 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਉੱਤੋਂ ਜਿਹੜੀ ਆ ਜੈਕਟ ਪਾ ਰੱਖੀ ਆ ਨਾ ਇਹ 10-12 ਕਿਲੋ ਦੀ ਜੈਕਟ ਹੋਣੀ ਅਤੇ ਵਿੱਚ ਇਹਦੇ ਬਹੁਤ ਗੁੱਦਗੱਦ ਜੀ ਲੱਗੀ ਆ ਯਾਰ ਅਤੇ ਪੂਰਾ ਪਿੱਤਲ ਵਾਲਾ ਮਾਹੌਲ ਬਣਿਆ ਹੋਇਆ ਪਿੰਡੇ 'ਤੇ ਪਰ ਇਹ ਸੇਫਟੀ ਵਾਲਾ ਕੰਮ ਕਰਦੀ ਆ ਤਾਂ ਕਰਕੇ ਫਿਰ ਪਾਉਣੀ ਪੈਂਦੀ ਆ ਕੌਨਫੀਡੈਂਸ ਜਿਹਾ ਬਣ ਜਾਂਦਾ ਇਹਦੇ ਨਾਲ ਮੋਟਰਸਾਈਕਲ ਚਲਾਉਣ ਦਾ ਹਰਿਦੁਆਰ ਤੋਂ 50 ਕਿਲੋਮੀਟਰ ਪਹਿਲਾਂ ਅਸੀਂ ਬੈਠੇ ਹਾਂ ਜੀ ਸੈਣੀ ਢਾਬੇ 'ਤੇ ਅਤੇ ਗਰਮੀ ਇੰਨੀ ਜ਼ਿਆਦਾ ਆ ਨਾ ਜਦੋਂ ਲੂ ਤੁਹਾਡੀ ਵੱਜਦੀ ਅੱਖਾਂ 'ਚ ਨਾ ਤਾਂ ਅੱਖਾਂ ਮਿਚਣ ਲਾ ਦਿੰਦੀਆਂ ਚਾਹੇ ਐਨਕਾਂ ਲੱਗੀਆਂ ਹੋਈਆਂ ਨੇ ਫਿਰ ਵੀ ਪੂਰੀ ਗਰਮ ਹਵਾ ਐਨਕਾਂ 'ਤੇ ਵੱਜ ਕੇ ਐਨਕਾਂ ਵੀ ਗਰਮ ਹੋ ਗਈਆਂ ਫਿਲਹਾਲ ਆ ਪਹਿਲਾਂ ਪਾਣੀ ਦੀਆਂ ਬੋਤਲਾਂ ਪੀਤੀਆਂ ਫਿਰ ਕੋਲਡ ਡਰਿੰਕ ਪੀਤਾ ਫਿਰ ਲੇਜ਼ ਖਾਧੇ ਨੇ ਫਿਰ ਹੁਣ ਚੱਲਾਂਗੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉੱਥੇ ਆਪਾਂ ਲੰਗਰ ਛਕਾਂਗੇ ਜੇ ਆਪਾਂ ਨੂੰ ਮਿਲਿਆ ਤਾਂ ਠੀਕ ਆ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਹਰਿਦੁਆਰ ਹਰ ਕੀ ਪੌੜੀ
लो जी हरिद्वार आप पहुंच गए हैं ते हरिद्वार की पार्किंग है पार्किंग दे मोटरसाइकिल लाता अठ घंटे वास्ते मोटरसाइकिल खड़ा करन दे 50 रुपये लेंदे ने समान की बाई कहना कोई गरंटी नहीं तुसी आप दे भरोसे छड़ के जाओ ते असी आराम भरोसे छड़ता ते मूं वैसे इत्थे कैमरा लग्या होया पर कैमरे का मूँह परे कमाया होया भाई हरकी पौड़ी किधर को जाए चल के सीधा इधर नूं जाना भाई हरकी पौड़ी किन्ने किलोमीटर है इत्थों 1 किलोमीटर अद्धे किलोमीटर दे नेड़े तेड़े आ ते हरकी पौड़ी दे विच जदों तुसी कदे भी आना हरिद्वार ना तां हरकी पौड़ी जाना ਤਾਂ ਸਭ ਤੋਂ ਨੇੜੇ ਦੀ ਪਾਰਕਿੰਗ ਹੈਗੀ ਆ ਦੀਨ ਦਿਆਲ ਉਪਾਧਿਆਏ ਪਾਰਕਿੰਗ ਤੁਸੀਂ ਗੂਗਲ ਮੈਪ ਤੇ ਦੀਨ ਦਿਆਲ ਉਪਾਧਿਆਏ ਪਾਰਕਿੰਗ ਲਾ ਕੇ ਤੇ ਉੱਥੇ ਆਪਦੇ ਮੋਟਰਸਾਈਕਲ ਗੱਡੀਆਂ ਖੜੀਆਂ ਕਰਕੇ ਅੱਗੇ ਜਾ ਸਕਦੇ ਹੋ ਤੇ ਹੁਣ ਆਪਾਂ ਚੱਲੇ ਇੱਥੋਂ ਹਰਕੀ ਪੌੜੀ ਅਸਲ ਦੇ ਵਿੱਚ ਅੱਜ ਨਾ ਸੋਮਵਾਰ ਆ ਤੇ ਸੋਮਵਾਰ ਨੂੰ ਇਕੱਠ ਬਹੁਤ ਘੱਟ ਹੁੰਦਾ ਵੈਸੇ ਅਸੀਂ ਮਿੱਥਕੇ ਨਹੀਂ ਚੱਲੇ ਸੀ ਬਾਅਦ 'ਚ ਸਾਡਾ ਯਾਦ ਆਇਆ ਵੀ ਵਧੀਆ ਹੋਇਆ ਅਸੀਂ ਸੋਮਵਾਰ ਨੂੰ ਆ ਗਏ ਕਿਉਂਕਿ ਸੋਮਵਾਰ ਨੂੰ ਬਹੁਤ ਜ਼ਿਆਦਾ ਘੱਟ ਘੱਟ ਹੁੰਦਾ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਇੱਥੇ ਐਤਵਾਰ ਨੂੰ ਤੇ ਗੁਰਦੁਆਰਾ ਸਾਹਿਬ ਇੱਥੋਂ ਸਾਰਾ ਹੈਗਾ 500-700 ਮੀਟਰ ਜਿਹੜੀ ਪਾਰਕਿੰਗ ਤੁਹਾਨੂੰ ਦੱਸੀ ਹੈ ਨਾ ਦੀਨ ਦਿਆਲ ਉਪਾਧਿਆਏ ਪਾਰਕਿੰਗ ਉਹ ਤੋਂ 500-700 ਮੀਟਰ ਦੇ ਨੇੜੇ ਤੇੜੇ ਆ ਠੀਕ ਆ ਉੱਥੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੁੜਦਾ ਤੇ ਮੈਂ ਸੁਣਿਆ ਸੀ ਕਹਿੰਦੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ ਗੁਰੂ ਘਰ ਦੇ ਤੇ ਅਸੀਂ ਚਲੋ ਦਰਸ਼ਨ ਮੇਲਾ ਕਰਕੇ ਆਉਂਦੇ ਹਾਂ ਤੇ ਉਹ ਮਾੜੇ ਹਾਲਾਤ ਕਿਉਂ ਹੋ ਗਏ ਗੁਰੂ ਘਰ ਦੇ ਇੰਨੇ ਉਹ ਤੁਹਾਨੂੰ ਉੱਥੇ ਜਾ ਕੇ ਦੱਸਦੇ ਹਾਂ ਆਪਾਂ ਤੇ ਆ ਇੱਥੇ ਛੋਟੀਆਂ ਛੋਟੀਆਂ ਕੈਨੀਆਂ ਪਈਆਂ ਨੇ ਜਿਵੇਂ ਆਪਾਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਅੰਮ੍ਰਿਤ ਲੈ ਕੇ ਨਹੀਂ ਆਉਂਦੇ ਹੁੰਦੇ ਆਪਾਂ ਤਾਂ ਇੱਥੇ ਵੀ ਗੰਗਾ ਚੱਲਦੀ ਆ ਤੇ ਗੰਗਾ ਦਾ ਜਲ ਲੈ ਕੇ ਜਾਣ ਵਾਸਤੇ ਕੈਨੀਆਂ ਇੱਥੇ ਮਿਲਦੀਆਂ ਨੇ ਤੇ ਆ ਦੇਖੋ ਭਾਈ ਇੱਧਰਲੇ ਪਾਸੇ ਚੱਲ ਰਹੀ ਆ ਗੰਗਾ ਸਪੀਡ ਬਹੁਤ ਆ ਯਾਰ ਪਾਣੀ ਦੀ ਤੇ ਇੱਧਰਲੇ ਪਾਸੇ ਨਾ ਰੇਲਿੰਗ ਲਾਈ ਹੋਈ ਆ ਇੱਕ ਤੇ ਰੇਲਿੰਗ ਦੇ ਨਾਲ ਇੱਧਰ ਸੰਗਲ ਬੰਨੇ ਹੋਏ ਨੇ ਬਾਈ ਬੰਦਾ ਕੋਈ ਤੈਰ ਕੇ ਗਾਹ ਨਾ ਲੰਘ ਜੇ ਡੁੱਬ ਨਾ ਜਾਵੇ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਤੇ ਜਿਹੜੀ ਹਰਕੀ ਪੌੜੀ ਦੇ ਉੱਤੇ ਆਪਾਂ ਖੜੇ ਹਾਂ ਜ਼ਿਆਦਾਤਰ ਲੋਕ ਇੱਥੇ ਫੁੱਲ ਪਾਉਣ ਵਾਸਤੇ ਆਉਂਦੇ ਨੇ ਜਿਵੇਂ ਲੋਕ ਕੋਈ ਮਰ ਗਿਆ ਕਿਸੇ ਦੇ ਘਰੇ ਹਨਾ ਫੁੱਲ ਪਾਉਣ ਜਾਂਦੇ ਨੇ ਤਾਂ ਫੁੱਲ ਪਾਉਣ ਆਉਂਦੇ ਨੇ ਇੱਥੇ ਜਿਵੇਂ ਆਪਾਂ ਕੀਰਤਪੁਰ ਸਾਹਿਬ ਹਰੀ ਕੇ ਪੱਤਣ ਜਾਂਦੇ ਹਾਂ ਉਵੇਂ ਹਰਕੀ ਪੌੜੀ ਦਾ ਬਹੁਤ ਪੁਰਾਣਾ ਇਤਿਹਾਸ ਆ ਪਹਿਲਾਂ ਸਾਨੂੰ ਆਪਾਂ ਇੱਥੋਂ ਦਾ ਨਾ ਹਿੰਦੂ ਧਰਮ ਦੇ ਨਾਲ ਜਿਹੜਾ ਇਤਿਹਾਸ ਜੁੜਦਾ ਉਹਦੇ ਬਾਰੇ ਦੱਸ ਦਿੰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਆਪਾਂ ਹਰਿਦੁਆਰ ਬਾਰੇ ਇਹ ਦੱਸ ਦੇ ਕਿ ਹਰਿਦੁਆਰ ਦਾ ਮਤਲਬ ਹੋ ਗਿਆ ਹਰੀ ਦਾ ਮਤਲਬ ਹੋ ਗਿਆ ਰੱਬ ਤੇ ਦੁਆਰ ਦਾ ਮਤਲਬ ਗੇਟ ਆਪਾਂ ਲਾ ਲਈਏ ਇੱਕ ਤਰ੍ਹਾਂ ਦਾ ਹਨਾ ਵੀ ਰੱਬ ਦੇ ਘਰੇ ਪਹੁੰਚਣ ਵਾਸਤੇ ਇਹ ਦੁਆਰ ਆ ਗੇਟ ਆ ਹਰਿਦੁਆਰ ਕਿਹਾ ਜਾਂਦਾ ਇਹਨੂੰ ਬਹੁਤ ਪੁਰਾਣਾ ਇਤਿਹਾਸ ਆ ਜਦੋਂ ਕਹਿੰਦੇ ਸਮੁੰਦਰ ਮੰਥਨ ਹੋਇਆ ਨਾ ਆਪਾਂ ਛੋਟੇ ਹੁੰਦੇ ਨਾਟਕ ਦੇਖਦੇ ਰਹੇ ਹਾਂ ਇੱਕ ਪਾਸੇ ਦੇਵਤੇ ਹੁੰਦੇ ਨੇ ਇੱਕ ਪਾਸੇ ਰਾਕਸ਼ਸ਼ ਹੁੰਦੇ ਨੇ ਵਿਚਾਲੇ ਅੰਮ੍ਰਿਤ ਹੁੰਦਾ ਤੇ ਉਹ ਖਿੱਚਦੇ ਹੁੰਦੇ ਨੇ ਉਹ ਅੰਮ੍ਰਿਤ ਦੀਆਂ ਕਹਿੰਦੇ ਬੂੰਦਾਂ ਡਿੱਗਦੀਆਂ ਨੇ ਉਹ ਅੰਮ੍ਰਿਤ ਦੀਆਂ ਬੂੰਦਾਂ ਦੇ ਵਿੱਚੋਂ ਇੱਕ ਬੂੰਦ ਇੱਥੇ ਡਿੱਗਦੀ ਹੈ ਹਰਿਦੁਆਰ ਦੇ ਵਿੱਚ ਤਾਂ ਕਰਕੇ ਇੱਥੇ ਨਾ ਕੁੰਭ ਦਾ ਮੇਲਾ ਵੀ ਭਰਿਆ ਜਾਂਦਾ ਤੇ ਹੁਣ ਪਰਲੇ ਪਾਸੇ ਪਾਰਕਿੰਗ ਸੀ ਤੇ ਇਧਰਲੇ ਪਾਸੇ ਆਪਾਂ ਪੁਲ ਪਾਰ ਕਰਕੇ ਆਏ ਆ ਤੇ ਇਧਰੋਂ ਹੁਣ ਆਪਾਂ ਜਾਂਦੇ ਆ ਇਧਰਲੇ ਪਾਸੇ ਨੂੰ ਇੱਥੇ ਇਕੱਠ ਹੈਗਾ ਫਿਰ ਵੀ ਉਹਨਾਂ ਇਕੱਠ ਨਹੀਂ ਹੈਗਾ ਯਾਰ ਜਿਹੜੇ ਪਹਿਲਾਂ ਕਦੇ ਹਰਿਦੁਆਰ ਆਏ ਨੇ ਉਹਨਾਂ ਨੂੰ ਪਤਾ ਵੀ ਕੀ ਮਾਹੌਲ ਹੁੰਦਾ ਤੇ ਇਧਰਲੇ ਪਾਸੇ ਫਿਰ ਗੰਗਾ ਤੇ ਹੁਣ ਆਪਾਂ ਪਰਲੇ ਪਾਸੇ ਆ ਗਏ ਆ ਤੇ ਇੱਥੋਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਆ ਇਹ ਜਿਹੜੀ ਤੁਸੀਂ ਸਾਹਮਣੇ ਨਦੀ ਦੇਖ ਰਹੇ ਹੋ ਨਾ ਗੰਗਾ ਦੇਖ ਰਹੇ ਹੋ ਇਹ ਸਾਹਮਣੇ ਵਾਲੀ ਨਦੀ ਇਹਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ਹਨਾ ਉਦੋਂ ਸਾਖੀ ਸੁਣੀ ਹੋਣੀ ਤੁਸੀਂ ਪੋਸਟ ਜਿਹਨੂੰ ਆਪਾਂ ਕਹਿ ਦਈਏ ਸਰੂਪ ਜਾਂ ਇੱਕ ਇਤਿਹਾਸ ਵਾਲੀ ਫੋਟੋ ਤੁਸੀਂ ਦੇਖੀ ਹੋਣੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਦੇ ਖੇਤਾਂ ਨੂੰ ਪਾਣੀ ਦਿੰਦੇ ਨੇ ਤੇ ਪਰਲੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਨਾਲ 4-5 ਪੰਡਿਤ ਖੜੇ ਹੋ ਕੇ ਦੂਜੇ ਪਾਸੇ ਸੂਰਜ ਨੂੰ ਪਾਣੀ ਦਿੰਦੇ ਨੇ ਜਾਂ ਫਿਰ ਆਪਦੇ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਤੇ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਉਂਦੇ ਨੇ ਹਨਾ ਤਾਂ ਉਹ ਉਹਨਾਂ ਨੂੰ ਦੱਸਦੇ ਨੇ ਤਾਂ ਉਹ ਜਿਹੜੇ ਪੰਡਿਤ ਸੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਵੀ ਤੁਸੀਂ ਕਿਹਨੂੰ ਪਾਣੀ ਦੇ ਰਹੇ ਹੋ ਅਸੀਂ ਤਾਂ ਚੜ੍ਹਦੇ ਵਾਲੇ ਪਾਸੇ ਸੂਰਜ ਨੂੰ ਪਾਣੀ ਦੇ ਰਹੇ ਹਾਂ ਤੁਸੀਂ ਮਤਲਬ ਪੱਛਮ ਵਾਲੇ ਪਾਸੇ ਪਾਣੀ ਕਾਹਦੇ ਵਾਸਤੇ ਦੇ ਰਹੇ ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਆਪਦੇ ਖੇਤਾਂ ਨੂੰ ਪਾਣੀ ਦੇ ਰਿਹਾ ਫਿਰ ਪੰਡਤਾਂ ਨੇ ਕਿਹਾ ਵੀ ਤੁਹਾਡੇ ਖੇਤ ਇੰਨੀ ਦੂਰ ਨੇ ਉੱਥੇ ਤੱਕ ਪਾਣੀ ਕਿਵੇਂ ਪਹੁੰਚੂਗਾ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਜਦੋਂ ਤੁਹਾਡੇ ਪਿੱਤਰਾਂ ਤੱਕ ਪਾਣੀ ਪਹੁੰਚ ਸਕਦਾ ਸੂਰਜ ਇੰਨੀ ਦੂਰ ਆ ਸੂਰਜ ਤੱਕ ਪਾਣੀ ਪਹੁੰਚ ਸਕਦਾ ਤਾਂ ਮੇਰੇ ਖੇਤ ਤਾਂ ਫਿਰ ਵੀ ਇੱਥੋਂ 300-400 ਕਿਲੋਮੀਟਰ ਦੂਰ ਨੇ ਉੱਥੇ ਤੱਕ ਪਾਣੀ ਕਿਉਂ ਨਹੀਂ ਪਹੁੰਚ ਸਕਦਾ ਮਤਲਬ ਇਹ ਇੱਕ ਤਰੀਕਾ ਸੀ ਗੁਰੂ ਨਾਨਕ ਦੇਵ ਜੀ ਨੇ ਸਮਝਾਉਣ ਦਾ ਬਈ ਪਿੱਤਰਾਂ ਨੂੰ ਐਵੇਂ ਜਿਵੇਂ ਤੁਸੀਂ ਦਾਨ ਪੁੰਨ ਕਰ ਰਹੇ ਹੋ ਐਵੇਂ ਗੱਲ ਨਹੀਂ ਬਣਦੀ ਜਿਉਂਦੇ ਜੀ ਸੇਵਾ ਕਰਨ ਦਾ ਹੀ ਫਲ ਮਿਲਦਾ ਇਹੀ ਆ ਹੁਣ ਨਦੀ ਜਿਹਨੂੰ ਆਪਾਂ ਹੁਣ ਗੰਗਾ ਕਹਿੰਦੇ ਹਾਂ ਤੇ ਉਸ ਟਾਈਮ ਦੇ ਵਿੱਚ ਵੀ ਇਹਨੂੰ ਗੰਗਾ ਹੀ ਕਹਿੰਦੇ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਨਦੀ ਦੇ ਵਿੱਚੋਂ ਪਾਣੀ ਆਪਣੇ ਖੇਤਾਂ ਨੂੰ ਦਿੱਤਾ ਸੀ ਜਿਹੜੇ ਕਿ ਘੱਟੋ ਘੱਟ 400 ਕਿਲੋਮੀਟਰ ਦੇ ਨੇੜੇ ਤੇੜੇ ਸੀ ਹਿੰਦੂ ਧਰਮ ਦੇ ਨਾਲ ਸੰਬੰਧਿਤ ਇਤਿਹਾਸ ਵੀ ਦੱਸਤਾ ਸਾਨੂੰ ਸਿੱਖ ਧਰਮ ਦੇ ਨਾਲ ਸੰਬੰਧਿਤ ਇਤਿਹਾਸ ਵੀ ਦੱਸਤਾ ਤੇ ਹੁਣ ਆਪਾਂ ਉਹ ਗੁਰੂ ਘਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਅਸੀਂ ਆਪ ਵੀ ਪਹਿਲੀ ਵਾਰੀ ਆਏ ਹਾਂ ਇੱਥੇ ਤੇ ਕਹਿੰਦੇ ਜਦੋਂ 1984 ਦੇ ਵਿੱਚ ਜੈਨੋਸਾਈਡ ਹੋਏ ਨੇ ਨਾ ਤਾਂ ਉਹ ਗੁਰਦੁਆਰਾ ਢਾ ਦਿੱਤਾ ਗਿਆ ਸੀ
ਤੇ ਜੋ ਗੁਰਦੁਆਰਾ ਢਾਇਆ ਗਿਆ ਤੇ ਬਾਅਦ ਦੇ ਵਿੱਚ ਜਿਹੜੀ ਗੁਰਦੁਆਰੇ ਦੀ ਜ਼ਮੀਨ ਸੀ ਉਹ ਵੀ ਰੋਕ ਲਈ ਗਈ ਸੀ ਮੋਟਰ ਮੋਟਰਸਾਈਕਲ ਵਿੱਚ ਹੀ ਤੁਰੇ ਫਿਰਦੇ ਨੇ। ਹਾਂਜੀ ਉਸਤਾਦ ਜੀ ਉਹ ਪੰਜਾਬੀ ਪੂਰੀ ਵਾਲਾ ਲਿਖਿਆ ਹੋਇਆ ਉਹਨੂੰ ਪੁੱਛਦੇ ਜਾ ਕੇ ਪੰਜਾਬੀ ਬੰਦਾ ਉਹ ਤੇ ਫਿਲਹਾਲ ਸਾਹਮਣੇ ਕਲੋਕ ਟਾਵਰ ਆ ਤੇ ਇਧਰਲੇ ਪਾਸੇ ਇੱਕ ਮੰਦਿਰ ਹੋਰ ਬਣਿਆ ਹੋਇਆ ਇੱਕ ਲਿਖਿਆ ਹੋਇਆ ਨਾਈ ਘਾਟ ਨਾਈ ਘਾਟ ਦੇ ਨੇੜੇ ਤੇੜੇ ਆ ਗੁਰਦੁਆਰਾ ਸਾਹਿਬ। ਚਲ ਆਪਾਂ ਜਾ ਕੇ ਪੁੱਛਦੇ ਕਿਉਂਕਿ ਅਸੀਂ ਵੀ ਪਹਿਲੀ ਵਾਰੀ ਆਏ ਹਾਂ ਤੇ ਫਿਲਹਾਲ ਗੱਲ ਇਹੀ ਸੀ ਕਿ ਜਦੋਂ ਸਾਰੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਰੋਕ ਲਈ ਗਈ ਹੈ ਤਾਂ ਥੋੜ੍ਹੀ ਜਿਹੀ ਜਗ੍ਹਾ ਛੱਡਤੀ ਤੇ ਉਹ ਉੱਥੋਂ ਦੇ ਹਾਲਾਤ ਗੁਰਦੁਆਰਾ ਸਾਹਿਬ ਦੇ ਅੱਜ ਆਪਾਂ ਆਪਦੇ ਅੱਖੀ ਜਾ ਕੇ ਦੇਖਦੇ ਹਾਂ। ਸੁਣਿਆ ਬਹੁਤ ਆ ਕਿ ਹਾਲਾਤ ਮਾੜੇ ਨੇ ਤੇ ਕੋਈ ਸਾਂਭ ਸੰਭਾਲ ਨਹੀਂ ਹੈਗੀ, ਪਰ ਗੁਰੂ ਨਾਨਕ ਦੇਵ ਜੀ ਦਾ ਸਥਾਨ ਅਸੀਂ ਆਪ ਦਰਸ਼ਨ ਕਰਕੇ ਜਾਵਾਂਗੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਗੁਰੂ ਘਰ ਦੀ ਸਾਂਭ ਸੰਭਾਲ ਹੋ ਸਕੇ, ਪਰ ਪਹਿਲਾਂ ਅਸੀਂ ਇੱਕ ਵਾਰੀ ਜ਼ਰੂਰ ਦਰਸ਼ਨ ਕਰਕੇ ਆਈਏ। ਤੇ ਸਾਹਮਣੇ ਇੱਥੇ ਹੋਟਲ ਬਣਿਆ ਹੋਇਆ ਪੰਜਾਬੀ ਪੂਰੀ ਵਾਲਾ ਐਂਡ ਰੈਸਟੋਰੈਂਟ, ਤੁਸੀਂ ਕਦੇ ਵੀ ਇੱਥੇ ਹਰਿਦੁਆਰ ਆਓ ਤਾਂ ਇਹਨਾਂ ਨੂੰ ਪੁੱਛ ਸਕਦੇ ਗੁਰੂ ਘਰ ਕਿੱਥੇ ਆ। ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਪਾਸੇ ਤੁਸੀਂ ਆਏ ਹੋ ਨਾ ਉਧਰਲੇ ਪਾਸੇ ਨੂੰ ਪਿੱਛੇ ਜਾਣਾ ਪੈਣਾ, ਇੱਕ ਯਾਰ ਆ ਇੱਥੇ ਚੋਟੀ ਵਾਲਾ, ਇਹਦਾ ਬਹੁਤ ਫੇਮਸ ਆ, ਕਹਿੰਦੇ ਹਰਿਦੁਆਰ ਆ ਕੇ ਚੋਟੀ ਵਾਲੇ ਦੀ ਰੋਟੀ ਨਹੀਂ ਖਾ ਕੇ ਗਿਆ, ਕਹਿੰਦੇ ਉਹਦਾ ਵਿਅਰਥ ਆ ਜੀਵਨ, ਹੈ ਤੂੰ ਵਿਅਰਥ ਕਰੇਂਗਾ ਆਪਦਾ ਮੈਂ ਲਾਇਆ ਸਾਹਿਬ। ਤੇ ਇੱਥੋਂ ਇਸੇ ਲਾਈਨ ਦੇ ਵਿੱਚ ਪੁਲ ਦੇ ਕੋਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਹੜਾ ਦੱਸਿਆ ਸੀ, ਭਾਂਤ ਭਾਂਤ ਦਾ ਪ੍ਰਸ਼ਾਦ ਆ। ਤੇ ਫਿਰ ਵੀ ਮੈਨੂੰ ਠੀਕ ਲੱਗ ਰਿਹਾ ਅੱਜ ਯਾਰ, ਮੈਂ ਇਸੇ ਗੱਲ ਦੀ ਖੁਸ਼ੀ ਆ ਵੀ ਚਲੋ ਇਹਦੇ ਇਕੱਠ ਬਹੁਤ ਘੱਟ ਅੱਜ। ਭਾਂਤ ਭਾਂਤ ਦੇ ਰੰਗ ਆਉਂਦੇ ਨੇ ਇੱਥੇ, ਆ ਜਾਓ ਲੈਣਾ ਸਿੱਧੂ ਆਸ਼ੀਰਵਾਦ ਓਏ ਲੈਣੇ ਆਸ਼ੀਰਵਾਦ। ਪਤਾ ਨੀ ਕੀ ਛਿੜਕਿਆ ਪਿਆ ਪਤੰਦਰਾਂ ਨੇ, ਨਾਲੇ ਕੋਲ ਖੜੇ ਨੇ ਸਾਰੇ ਖੰਘੀ ਜਾਂਦੇ ਨੇ, ਐ ਨੀ ਵੀ ਉਹਦਾ ਪਤਾ ਹੋ ਜਾਈਏ, ਮੈਨੂੰ ਤਾਂ ਐਸੀ ਮੈਂ ਕਿਤੇ ਉਈ ਹੋਣੀ ਖੰਘ ਜੀ ਹਟ ਜੂ, ਕੋਈ ਛਿੜਕੀ ਬੈਠੇ ਪਤੰਦਰ ਇੱਤਰ। ਤੇ ਹੁਣ ਇਧਰਲੇ ਪਾਸੇ ਭਾਈ ਆਪਾਂ ਆ ਗਏ ਆ, ਇੱਥੇ ਲਿਖਿਆ ਹੋਇਆ ਸ਼ਿਵ ਰਤਨ ਕੇਂਦਰ, ਇਹਦੇ ਨਾਲ ਗੁਰਦੁਆਰਾ ਸਾਹਿਬ ਆ ਤੇ ਉੱਪਰ ਲਿਖਿਆ ਹੋਇਆ ਪ੍ਰਾਚੀਨ ਲੰਗਰ ਸ੍ਰੀ ਗੁਰੂ ਨਾਨਕ ਛੇਤਰ ਭੰਡਾਰ, ਠੀਕ ਆ। ਤੇ ਇਹ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ, ਤੁਸੀਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਉੱਤੇ ਦੇਖ ਲਓ ਕੀ ਹਾਲ ਹੋਇਆ ਪਿਆ ਹੈ ਨਾ। ਤੇ ਇਧਰਲੇ ਪਾਸੇ ਵਾਟਰ ਕੂਲਰ ਲੱਗਿਆ ਹੋਇਆ ਤੇ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਆਪਾਂ, ਫਿਰ ਦੇਖਦੇ ਹਾਂ ਕੀ ਮਾਹੌਲ ਆ। ਤੇ ਇੱਥੇ ਲਿਖਿਆ ਪ੍ਰਾਚੀਨ ਲੰਗਰ ਸ੍ਰੀ ਗੁਰੂ ਨਾਨਕ ਅੰਨ ਛੇਤਰ ਭੰਡਾਰ ਗਊ ਘਾਟ ਲਿਖਿਆ ਹੋਇਆ ਹਰਿਦੁਆਰ, ਜ਼ਿਆਦਾਤਰ ਇੱਥੇ ਲੰਗਰ ਦਾ ਪ੍ਰਬੰਧ ਹੀ ਆ ਜਿਹੜਾ ਕਿ ਹਰ ਗੁਰੂ ਘਰ ਦੇ ਵਿੱਚ ਹੁੰਦਾ, ਲੰਗਰ ਛਕਾਇਆ ਜਾਂਦਾ ਬਣਾਇਆ ਜਾਂਦਾ, ਪਰ ਇੱਥੇ ਸੰਗਤਾਂ ਦਾ ਆਉਣ ਜਾਣ ਨਹੀਂ ਹੈਗਾ। ਉੱਪਰ ਵੀ ਇਹੀ ਲਿਖਿਆ ਹੋਇਆ ਸਾਫ਼ ਸਫਾਈ ਬਿਲਕੁਲ ਵੀ ਨਹੀਂ ਹੈਗੀ, ਪੂਰਾ ਕਾਲਖ ਲੱਗੀ ਪਈ ਆ। ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲਾ ਕਰਵਾਉਣ ਤੋਂ ਪਹਿਲਾਂ ਸਾਨੂੰ ਦੱਸ ਦਈਏ ਕਿ ਅੰਦਰ ਨਾ ਇੱਥੇ ਮਤਲਬ ਜੋੜਾ ਘਰ ਨਹੀਂ ਬਣਿਆ ਹੋਇਆ, ਤਾਂ ਕਰਕੇ ਸਾਨੂੰ ਇਹ ਵੀ ਸਾਡੇ ਕੋਈ ਜੋੜੇ ਨਾ ਚੱਕ ਕੇ ਲੈ ਜੇ, ਅਸੀਂ ਵਾਰੀ ਵਾਰੀ ਚੱਲੇ ਆ ਮੱਥਾ ਟੇਕਣ। ਤੇ ਇਧਰਲੇ ਪਾਸੇ ਪਹਿਲਾਂ ਸਿੱਧੂ ਖੜਾ ਤਾ ਜੋੜਿਆਂ ਦੀ ਰਾਖੀ, ਤੇ ਉਸ ਤੋਂ ਬਾਅਦ ਫਿਰ ਇਹ ਜਾਊਗਾ, ਫਿਲਹਾਲ ਮੈਂ ਦਰਸ਼ਨ ਕਰਿਆ ਮੰਦਰੋਂ ਵਾਹਿਗੁਰੂ। ਤੇ ਆਹ ਇੱਧਰ ਸਾਹਮਣੇ ਪਹਿਲਾਂ ਨਿੱਕੀ ਜਿਹੀ ਰਸੋਈ ਬਣੀ ਹੋਈ ਆ ਤੇ ਗੇਟ ਖੋਲ੍ਹ ਕੇ ਆਪਾਂ ਅੰਦਰ ਮੱਥਾ ਟੇਕਣ ਜਾਂਦੇ ਹਾਂ। ਤੇ ਜਿਵੇਂ ਅਸੀਂ ਮੱਥਾ ਟੇਕਣ ਗਏ ਸੀ ਤਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਤਾਂ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਇੱਥੇ ਜਿਹੜੇ ਸੇਵਾਦਾਰ ਨੇ ਚਾਹੇ ਜੋ ਵੀ ਨੇ ਉਹ ਇੱਥੇ ਆਰਾਮ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ, ਚਲੋ ਕੋਈ ਨਾ ਆਰਾਮ ਕਰ ਸਕਦੇ ਨੇ, ਪਰ ਉਹਨਾਂ ਨੂੰ ਜ਼ਰੂਰ ਇਹ ਚੀਜ਼ ਸਿਖਾਈ ਜਾਵੇ ਕਿ ਮਹਾਰਾਜ ਦੀ ਤਾਬਿਆ ਦੇ ਵਿੱਚ ਸਿਰ ਢੱਕ ਕੇ ਪਹਿਣ। ਕਿਉਂਕਿ ਇੱਥੇ ਵੈਸੇ ਮੈਂ ਦੇਖਿਆ ਕਿ ਪੱਖਾ ਲੱਗਿਆ ਹੋਇਆ, ਮਹਾਰਾਜ ਦੇ ਸਰੂਪ ਨੂੰ ਉੱਪਰ ਵੀ ਪੱਖਾ ਚੱਲ ਰਿਹਾ ਸੀ, ਪਰ ਜਿਹੜੇ ਇੱਥੇ ਦੋ ਬੰਦੇ ਪਏ ਸੀ ਉਹਨਾਂ ਦੇ ਵਿੱਚੋਂ ਇੱਕ ਦਾ ਸਿਰ ਨਹੀਂ ਢੱਕਿਆ ਹੋਇਆ ਸੀ ਅਤੇ ਇੱਕ ਦਾ ਸਿਰ ਢੱਕਿਆ ਹੋਇਆ ਸੀ। ਅਤੇ ਫਿਲਹਾਲ ਇੱਥੇ ਇੱਕ ਦੋ ਚੀਜ਼ਾਂ ਦੀ ਕਲੈਰੀਫਿਕੇਸ਼ਨ ਨਹੀਂ ਹੈਗੀ, ਕਾਫੀ ਲੋਕ ਜਦੋਂ ਇੱਥੇ ਮੱਥਾ ਟੇਕਣ ਆਉਂਦੇ ਤਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਇਹ ਜਗ੍ਹਾ ਨੂੰ ਸਮਝ ਲਿਆ ਜਾਂਦਾ, ਅਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਹਰ ਕੀ ਪੌੜੀ ਦੇ ਨਾਲ ਹਰਿਦੁਆਰ ਦੇ ਨਾਲ ਜੁੜਦਾ, ਤਾਂ ਇਹ ਗੁਰੂ ਘਰ ਨੂੰ ਸਮਝ ਲਿਆ ਜਾਂਦਾ। ਤਾਂ ਉਹ ਇੱਥੋਂ ਦੇ ਜੋ ਪ੍ਰਬੰਧਕ ਨੇ ਉਹਨਾਂ ਕੋਲ ਆਪਾਂ ਪੁੱਛਾਂਗੇ ਹੈ ਨਾ, ਅਤੇ ਉਹਨਾਂ ਕੋਲ ਉਹਨਾਂ ਦੇ ਮੂੰਹੋਂ ਤੁਹਾਨੂੰ ਦੱਸਾਂਗੇ ਵੀ ਅਸਲ ਦੀ ਸੱਚਾਈ ਕੀ ਆ, ਕਿ ਜਿਹੜਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਸੀ ਉਹ ਕਿੱਥੇ ਆ, ਅਤੇ ਇਹ ਗੁਰਦੁਆਰਾ ਕਿਹੜਾ ਜਿਹੜਾ ਇੱਕ ਤਰ੍ਹਾਂ ਦਾ ਭੁਲੇਖਾ ਪਾ ਆਉਂਦਾ ਗਿਆਨ ਗੋਦੜੀ ਦਾ, ਕਿਉਂਕਿ ਹਰ ਕੀ ਪੌੜੀ ਦੇ ਵਿੱਚ ਇੱਥੇ ਇੱਕੋ ਹੀ ਗੁਰਦੁਆਰਾ ਸਾਹਿਬ ਆ, ਅਤੇ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਵੀ ਆਏ ਸੀ। ਅਤੇ ਇੱਧਰਲੇ ਪਾਸੇ ਭਾਈ ਭਾਂਡੇ ਪਏ ਨੇ, ਦੇਗੇ ਪਏ ਨੇ ਵੱਡੇ ਵੱਡੇ, ਠੀਕ ਆ। ਅਤੇ ਇੱਧਰ ਗੈਸ ਆ, ਮੋਬਾਈਲ ਪਿਆ ਕਿਸੇ ਦਾ, ਇੱਧਰਲੇ ਪਾਸੇ ਦੇਗੇ ਪਏ ਨੇ, ਠੀਕ ਆ। ਆਹ ਇੱਥੋਂ ਦਾ ਮਤਲਬ ਗੁਰੂ ਘਰ ਆਉਣਾ, ਇੱਧਰਲੇ ਪਾਸੇ ਬਾਰੀ ਲੱਗੀ ਹੋਈ ਆ, ਅਤੇ ਅੰਦਰ ਕੋਈ ਵੀ ਤਾਬਿਆ 'ਚ ਨਹੀਂ ਹੈਗਾ। ਤੁਸੀਂ ਆਪ ਦੇਖਿਆ ਕਿ ਨੰਗੇ ਸਿਰ ਯਾਰ ਅੰਦਰ ਸੁੱਤੇ ਪਏ ਨੇ ਲੋਕ, ਹੈ ਨਾ। ਇੱਧਰ ਆਹ ਦੇਗੇ ਨੇ,
मतलब लंगर बनता इतने कहते पकता भी है बरताते भी नहीं तो यही असं गल कर रहे थे कि आप देख लो हालात इतों के की ने भी लोग इतने अंदर यार नंगे सिर सुते पे ने ते हुणे हुणे जिहड़े सुणो आपां गुरु घर के दर्शन करवाए ने जिन्हां नूं असीं ज्ञान गोदड़ी गुरद्वारा साहब कहा सी तां बाई जी ने सानूं दस्सिया कि इस गुरु घर का नाम ज्ञान गोदड़ी नहीं हैगा इस गुरु घर का नाम प्राचीन लंगर श्री गुरु नानक अनछेद भंडार है। हाँ जिहड़ा सुणो मैं पिछे नाम पढ़ाया सी इधर साइड ते लग्या होया तां बाई जी होरां ने दस्सिया कि जिथे गुरु नानक देव जी का इतिहास जुड़दा उस दा गुरु घर का हजे भी रौला चल रहा वो इस जगह के उत्ते नहीं है यह इन्होंने थोड़े पूर्वज मतलब इन्हों देखते साढ़े दादा जी सरदार जी से उन्होंने प्रकाश किया बाबा जी का लगभग 60s ठीक है जी। हाँ तो मतलब जी चीज़ सानू भी कन्फ्यूजन से सानू इतने आके पता लगे है ना भी ज्ञान गोदड़ी गुरद्वारा साहब हर की पौड़ी के उत्ते जिहदी मंग चल रही आ यह गुरद्वारा साहब नहीं है ये एक तरह का इन्होंने पूर्व जो गुरद्वारा साहब की देखरेख करते आए थे पीढ़ी दर पीढ़ी चलता रहा तो इतने हुण फिलहाल लंगर की सेवा चलती है लंगर फिर 24 घंटे चलता 24 घंटे सुबह 8 हाँ। लेकर रात में 9 बजे ठीक है मतलब 12-13 घंटे इतने रात में लंगर चलता बाई जी उन्होंने दस कि जो गुरु घर ज्ञान गोदड़ी की आप गल करते हैं वह स्कॉट ना ना वो इस प्लेटफॉर्म हड़की पौड़ी से साढ़े जो पूर्वज या जो पुराने सिख है वो दसते हैं कि वो हड़की पौड़ी से जो जिथे इस समय अस्थि प्रवाह घाट है उस जगह सी पर जरा भी जेडे भी ये डॉक्यूमेंट्स है वो मैं सुनिया है कि हाई कोर्ट जो दाखिल हो गए हैं तो वो मामला प्री जुडिस है मतलब जुडिशरी के अंडर है तो वो मामला कहीं ना कहीं पुलिस भी देख रही है प्रशासन भी देख रही है कुछ दिन पहले सिखा ने तो डीएम साहब जो हरिद्वार ने उन्होंने मीटिंग भी हुई सी तो वो मामले जो बड़ा गंभीरता नाल प्रशासन भी काम कर रही है लेकिन इस जगह का कई लोग मैं सरदार जी के माध्यम नाल बताना चाहना कई लोग गलत मिस परसैप्शन करते हैं कि यह ज्ञान गुरुदेव गुरुद्वारा कोई मतलब नहीं है क्योंकि यह 60 साल पहले लंगर वास्ते बाबा जी का प्रकाश होया सी इतने मेन जो मकसद है वो लंगर वरतान है तो बाबा जी के आशीर्वाद नाल दिन रात इतने लंगर भी बरतदा है। हाँ ये भाई जी ने क्लीयर करता तो जी आप एक और ज्ञान गोदड़ी जरा स्थान जरा एक और प्रेम नगर आश्रम के कोल ज्ञान गोदड़ी के नाम दाल नाम दे मतलब एक गुरुद्वारा साहब प्रकाश हो चुका है लेकिन यूपी सिंचाई विभाग उत्थे भी NOC नहीं देती पी तो वो मामला भी हाल ही टंगिया मतलब ज्ञान गोदड़ी गुरु घर में लैके हजे तक कोई क्लैरीफिकेशन नहीं हैगी भी कितने वो गुरुद्वारा साहब बन गए क्योंकि बाद 1984 के डिस्ट्रॉय किया 79-80 में लगभग वो डिस्ट्रॉय हुआ सी वो पूरी बिल्डिंग ठीक है उसके बाद फिर 84 का जरा गलत जो हुआ नरसंहार उसके बाद वो मामला धीरे धीरे उठा लेकिन हाल ही तक वो कोई ठोस फैसला नहीं हुआ प्रशासन जिथे जगह देने के लिए तैयार है उत्थे साडी कम्युनिटी तैयार नहीं होंगी जिथे साडी कम्युनिटी मंगती है उत्थे प्रशासन तैयार नहीं होता तो एक क्लैश चलता पाया कहीं ना कहीं आने वाले समय कॉम्प्रोमाइज होके ही वो चीज़ पूरी हो सकती ठीक है सूँ क्लीयर करता बाई जी उन्होंने भी गुरु घर के डिफरेंस आ यह गुरद्वारा साहब हो रहा तो ज्ञान गोदड़ी गुरद्वारा साहब हो रहा वह हजे उत्थे उन्होंने बिल्डिंग नहीं हैगी बाई जी ने दसिया कि हाई कोर्ट के रौला चल रहा हजे ठीक है फिर धन्यवाद थोड़ा बहुत बहुत क्लीयर करने वास्ते वाहेगुरू जी की फतेह जी तो हुणे हुणे यार सुनू बाई जी नाल गल कराई है तो बाई जी होरां ने वधिया साडा माण सत्कार किया लस्सी लुस्सी पिलाई 500 रुपया बाई जी ने सानू दिता प्यार नहीं कहिंदे वी मत्था टेक के आयो हेमकुंड साहब तो वह असी चलो टेक देंगे बाकी बाई ने बह के वधिया गल्लां कीतियां तो उन्होंने क्लीयर किया जिहड़ा सानू पता लग गया होना भी जिहड़ा ज्ञान गोदड़ी गुरद्वारा गुरु नानक देव जी दे नाल जिहदा इतिहास जुड़दा वह कोई जगह इत्थे है नहीं बाई ने अनऑफिशियल सानू बहुत गल्लां दसियां कहिंदा मैं कैमरे ते नहीं दस सकदा वह गुरद्वारा इत्थों ढा दिता गया सी क्योंकि जिहड़े वो पहला प्रबंधकां दे कोल हुंदा सी ना वह प्रबंधक सही नहीं सी वह आपदी ड्यूटी जां किवें भी मतलब सच्चे दिल निभा नहीं रहे सी तां बाद दे विच गुरद्वारा साहब खत्म कर दिता गया तो किवें होया उहदे बारे भी कोई ज़्यादा क्लैरिफिकेशन नहीं हैगी पर कहा जांदा कि 1979 दे विच नेड़े तेड़े दा रौला शुरू हो गया सी तो बाद दे विच हुण मंग चल रही है गुरद्वारा ज्ञान गोदड़ी दी 95 तो इत्थे आपां हुण देख के आउणे आ उह जगह देख के आउणे जिथे गुरद्वारा साहब कदे हुंदा सी असल दे विच ना जिहड़ा मैं तुहानूं हुण पुल दिखाउणा क्लॉक टावर दे कोल जिहड़ा आह पुल बणिया होया ना क्लॉक टावर आ सामणे तां इहदे नेड़े तेड़े सारे कहिंदे ने भी इत्थे बणिया हुंदा इह जगह दे उत्ते कहा जांदा इत्थों दे लोकां कोलों ते भाई इह जगह दे उत्ते कदे गुरद्वारा साहब हुंदा सी ठीक है जिहड़ा सानूं लोकां ने दस्सिया उह तुहानूं असीं दस रहे हां ते इह जगह दे उत्तों गुरद्वारा साहब ढा दित्ता गया ते दुबारे हुण इस गुरु घर दी मंग चल रही आ इहदे नाल ही सरदार जी पंजाबी पूरी वाले जिन्हां नूं असीं गुरद्वारा ज्ञान गोदड़ी पुछिया सी ते उहनां ने सानूं उह गुरद्वारा गाइड करता सी वी उह गुरद्वारा साहब इत्थे होर कोई नहीं हैगा ते गुरु नानक देव जी इस जगह दे उत्ते ही आए सी जिथे आह पुल बणिया होया ना
पुल के नाल लिखा हुआ अस्थी प्रवाह घाट, मतलब यही एग्जैक्ट लोकेशन कही जाती है दसी जाती है। ठीक है, इतने अस्थियाँ जल प्रवाह करते हैं, है ना। तो मतलब हुण सिर्फ आप फील कर सकते हैं भी कदे गुरु नानक देव जी भी इतने आए होंगे। इस गंगा के भी गुरु नानक देव जी ने चरण पाए होंगे। जे तुसी भी कदे आने हो सिर्फ इतने जगह देख सकते हो गुरु नानक देव जी का नाल जिहड़ा इतिहास जुड़ता, पर थोड़ा गुरद्वारा साहब जिहड़ा इतने हैगा सिर्फ लोकल गुरद्वारा साहब देखने में थोड़ा मिलेगा, होर इतने कोई निशानी नहीं बची। तो यही सी जी अज की वीडियो के, तो वीडियो ज़्यादा लंबी हो जूगी तो करके फिर आप ज़्यादा होर अगे नहीं खिंचते। वैसे तो आप ऋषिकेश जाना, पर गुरु नानक देव जी का जोड़ा स्थान से जिथे गुरु नानक देव जी के नाल पंडितों की सिद्ध गोष्ठ होंगी है, पंडित है ना पित्रां नूं पानी दिंदे ने, गुरु नानक देव जी आपके खेतों में पानी दिंदे ने, वो वाली आप साखी सुनी होनी। तो उस इतिहास के संबंधित जिहड़ा गुरद्वारा साहब से वो गुरद्वारा साहब पिछे बनया होया सी, इत्थे कोई इहदे बारे क्लीयर प्रमाण नहीं हैगा, बस इत्थों दे लोकल लोग दसदे ने ते वो भी अनऑफिशियली, तो असी भी इस चीज़ की कोई गरंटी नहीं लेंदे भी उत्थे हैगा सी कि नहीं हैगा सी। हाँ, पर हाई कोर्ट दे विच कहिंदे इहदा रौला चलदा भी गुरु नानक देव जी दे नाल संबंधित इतिहास जां गुरु नानक देव जी दे नाल संबंधित जगह उस जगह दे उत्ते हुंदी सी। ठीक है, जिथे कि अज गुरद्वारा साहब नहीं हैगा, पर इस गल की कोई भी बंदा इत्थे जां पुष्टि नहीं करता। हालांकि असी भी इस जगह के बारे कोई कन्फर्म नहीं, कोई पुष्टि नहीं करते, जो असी सानू आले दुआले तो पता लग्या वो सानू दसता। ठीक है, हेमकुंड साहब की यात्रा का पहला दिन से अज्ज ये वधिया रहा, वधिया चीज़ सानू सीखण करन नू मिली। तो नवी वीडियो दे नाल कल फिर हाजिर होंदे आ शाम नू जां फिर सवेरे। वीडियो नू वधो वध शेयर करते रहा करो। तो अगली वीडियो दे विच सानू ऋषिकेश गुरु घर के दर्शन के नाल नाल उत्थों दा प्रबंध दिखावांगे। वाहिगुरू जी का खालसा, वाहिगुरू जी की फतेह।